ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਖ ਪੰਥ ਨੂੰ ਸੂਚਨਾ ਦੇਣਾ ਚਾਹੁੰਦਾ ਕਿ ਅੱਜ ਬਹੁਤ ਖਤਰਨਾਕ ਸਾਡੇ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਗੁਪਤਾ ਨੇ ਦਿੱਤਾ ਹੈ ਬਿਆਨ ਕਿ ਜਿਹੜੇ ਸਿੱਖ ਕਰਤਾਰਪੁਰ ਸਾਹਿਬ ਜਾਂਦੇ ਹੈ ਉਹ 6 ਘੰਟਿਆਂ ਦੇ ਵਿੱਚ ਬੰਬ ਬਣਾਉਣ ਦੀ ਸਿਖਲਾਈ ਲੈ ਕੇ ਵਾਪਸ ਆ ਜਾਂਦੇ ਹੈ। ਮੈਂ ਹੁਣ ਕਹਿਣਾ ਚਾਹੁੰਦਾ ਕਿ ਹਰੇਕ ਪਿੰਡ ਦੇ ਵਿੱਚ, ਹਰੇਕ ਪਰਿਵਾਰ ਦੇ ਵਿੱਚ ਤਾਂ ਸਿੱਖਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਫੌਜ ਦੇ ਵਿੱਚ ਹੈ। ਸਾਨੂੰ ਪਾਕਿਸਤਾਨ ਜਾਣ ਦੀ ਕੀ ਲੋੜ ਹੈਗੀ ਹੈ ਟ੍ਰੇਨਿੰਗ ਲੈਣ ਦੀ, ਜਦੋਂ ਅਸੀਂ ਖੁਦ ਜੰਮੇ ਹੋਏ ਸਾਨੂੰ ਟ੍ਰੇਨਿੰਗ ਮਿਲਦੀ ਹੈ ਹਥਿਆਰਾਂ ਦੀ। ਇਹ ਤਾਂ ਬਹੁਤ ਘਟੀਆ ਬਿਆਨ ਇੱਕ IPS ਅਫਸਰ ਨੇ ਦਿੱਤਾ ਹੈ, ਜਿਹਦੇ ਨਾਲ ਸਾਰੀ ਸਿੱਖ ਕੌਮ ਦਾ ਦਿਲ ਖਰਾਬ ਕੀਤਾ ਗਿਆ ਹੈਗਾ। ਔਰ ਫਿਰ ਪਾਕਿਸਤਾਨ ਦੇ ਨਾਲ ਰਿਸ਼ਤਾ ਸਾਡੇ ਸਾਰੇ ਸਿੱਖਾਂ ਦਾ ਬਹੁਤ ਗਹਿਰਾ ਹੈ, ਕਿਉਂ ਕਰਕੇ ਸਾਡੇ ਸਾਰੇ ਧਾਰਮਿਕ ਸਥਾਨ ਨਿੱਤ ਆਪਾਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਦਰਸ਼ਨ ਦਦਾਰ ਹੋਣ। ਅਤੇ ਵੈਸੇ ਵੀ ਅਸੀਂ ਪਾਕਿਸਤਾਨ ਦੇ ਨਾਲ ਬਹੁਤ ਅੱਛਾ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹਾਂ ਉਹਨਾਂ ਦੇ ਲੋਕਾਂ ਦੇ ਨਾਲ ਜਿਹੜੀ ਸਾਡੇ ਗੁਰਦੁਆਰਿਆਂ ਦੀ ਰੱਖਿਆ ਕਰਦੇ ਆ। ਜਿੱਥੋਂ ਤੱਕ ਨਿੱਜੀ ਤੌਰ ਦੇ ਉੱਤੇ ਸਾਡੀ ਗੱਲਬਾਤ ਪਾਕਿਸਤਾਨੀਆਂ ਨਾਲ ਹੈਗੀ ਹੈ, ਮੈਂ ਸਮਝਦਾ ਕਿ ਸ਼੍ਰੀ ਗੁਪਤਾ ਦੀ ਵੀ ਹੈਗੀ ਹੈ। ਮੇਰੇ ਕੋਲ ਬਿਲਕੁਲ ਸਬੂਤ ਹੈ ਕਿ ਗੁਪਤਾ ਸਾਹਿਬ ਵੀ ਪਾਕਿਸਤਾਨੀਆਂ ਨਾਲ ਗੋਡੇ ਨਾਲ ਗੋਡਾ ਲਾ ਕੇ ਬੈਠੇ ਹੋਏ ਹੈ। ਤਾਂ ਮੇਰਾ ਮਤਲਬ ਹੈ ਕਿ ਗੁਪਤਾ ਸਾਹਿਬ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕਮੀਨੀਆਂ ਹੋਣ, ਤੱਥਾਂ ਤੋਂ ਅਲੱਗ ਹੋਣ ਔਰ ਸਿੱਖਾਂ ਦੇ ਮਨ ਨੂੰ ਸੱਟ ਲੱਗਦੀ ਹੋਵੇ। ਇਸ ਤੋਂ ਪਹਿਲਾਂ ਜਨਰਲ ਰਾਵਤ ਸਾਹਿਬ ਨੇ ਵੀ ਕਿਹਾ ਸੀ ਕਿ ਪਾਕਿਸਤਾਨ ਤੋਂ ਲੋਕ ਆ ਕੇ ਇੱਥੇ ਗੜਬੜ ਪੰਜਾਬ ਦੇ ਵਿੱਚ ਕਰਦੇ ਹੈ। ਤਾਂ ਮੈਨੂੰ ਇਹ ਦੱਸੋ ਕਿ ਜਦੋਂ ਹਿੰਦੂ ਜਾਂਦੇ ਆ ਯਾਤਰਾ 'ਚ ਮਾਨਸਰੋਵਰ ਦੀ ਚੀਨ 'ਚ, ਉਹ ਵੀ ਫਿਰ ਉੱਥੇ ਆ ਕੇ ਕੁਛ ਨਾ ਕੁਛ ਸਿਖਲਾਈ ਕਰਕੇ ਆਉਂਦੇ ਹੈ ਜਾਂ ਕਰਕੇ ਆਉਂਦੇ ਹੈ। ਅਤੇ ਹੁਣ ਪਾਕਿਸਤਾਨ ਵੀ ਹਿੰਦੂਆਂ ਦੇ ਜਥੇ ਜਾਣ ਲੱਗ ਪਏ ਹੈ। ਤਾਂ ਇਹੋ ਜਿਹੀ ਗੱਲ ਇੱਕ IPS ਅਫਸਰ ਨੂੰ ਕਰਨੀ, ਇਹਦੇ ਨਾਲ ਤਾਂ ਬਹੁਤ ਭੂਚਾਲ ਸਿੱਖਾਂ ਦੇ ਵਿੱਚ ਉੱਭਰ ਰਿਹਾ, ਉੱਭਰ ਜਾਊਗਾ ਜੇ ਚੀਫ ਮਿਨਿਸਟਰ ਸਾਹਿਬ ਨੇ ਨਾ ਇੱਕਦਮ ਇਹਦਾ ਉਲਟ ਬਿਆਨ ਦਿੱਤਾ। ਤਾਂ ਕੱਲ੍ਹ ਤੱਕ ਤਾਂ ਸਿੱਖ ਕੌਮ ਪੂਰੀ ਭੜਕ ਜੂਗੀ ਅਤੇ ਮੈਂ ਆਸ ਕਰਦਾ ਸਾਡੇ ਗਵਰਨਰ ਅਤੇ ਚੀਫ ਮਿਨਿਸਟਰ ਇਹਦੇ ਬਾਰੇ ਅੱਜ ਹੀ ਕੁਛ ਕਰਨ, ਇਹਦੇ ਨਾਲ ਥੋੜ੍ਹਾ ਜਿਹਾ ਸਹਿਜ ਦੇ ਨਾਲ ਸਿੱਖਾਂ ਨੂੰ ਵੀ ਸ਼ਾਂਤੀ ਆਊਗੀ, ਸਾਰੇ ਮੁਲਕ ਨੂੰ ਆਊਗੀ ਔਰ ਇਹ ਬਹੁਤ ਜ਼ਰੂਰੀ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸੰਗਤ ਤੋਂ ਇਜਾਜ਼ਤ ਮੰਗਦਾ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।